ਭਾਈ ਜਸਵੀਰ ਸਿੰਘ ਜੀ, ਸਾਬਕਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਦੀ ਰਹਿਣ ਬਣਾਈ ਹੇਠ ਉਹਨਾਂ ਨੇ 23 ਤਰੀਕ ਦਿਨ ਐਤਵਾਰ ਨੂੰ ਜੋ ਜਲੰਧਰ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੀ ਰਵਾਨਗੀ ਦਿੱਤੀ ਸੀ। ਪਹਿਲਾ ਪੜਾਅ ਸਾਡਾ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਹੋਇਆ, ਉਸ ਦੇ ਆਸ ਪਾਸ ਦੇ ਦਰਸ਼ਨ ਕੀਤੇ। ਦੂਸਰਾ ਪੜਾਅ 24 ਤਰੀਕ ਨੂੰ ਪਾਉਂਟਾ ਸਾਹਿਬ ਹਿਮਾਚਲ ਦੇ ਵਿੱਚ ਜੋ ਅਸਥਾਨ ਹੈ ਉੱਥੇ ਦੇ ਦਰਸ਼ਨ ਮੇਲੇ ਕੀਤੇ ਅਤੇ ਉੱਥੇ ਸਟਾਰਟ ਕੀਤਾ। ਅਤੇ ਤੀਸਰਾ ਪੜਾਅ ਸਾਡਾ ਨਾਨਕ ਮੱਤੇ ਹੋਵੇਗਾ, ਜੋ ਹੁਣ ਰਸਤੇ ਵਿੱਚ ਅਸੀਂ ਇਸ ਵੇਲੇ ਅੱਜ 25 ਤਰੀਕ ਸ਼ਾਮ ਦਾ ਟਾਈਮ ਹੈ, ਜੋ ਕਿ ਇਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਜੀ 13 ਦਿਨ ਵਾਹਿਗੁਰੂ 3 ਮਹੀਨੇ ਅਤੇ 13 ਦਿਨ ਇਸ ਅਸਥਾਨ 'ਤੇ ਠਹਿਰੇ ਸੀ। ਸੋ ਇਸ ਅਸਥਾਨ 'ਤੇ ਅਸੀਂ ਦਰਸ਼ਨ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਨਾਨਕ ਮੱਤਾ ਮੋਹਲ ਦੀ ਰਾਤ ਜਿਹੜੀ ਹੈ ਉਹ ਵੀ ਆ ਰਹੀ ਆ, ਨਾਨਕ ਮੱਤਾ ਫੇਰਾਂਗੇ। ਸੋ ਨਾਲ ਦੀ ਨਾਲ ਆਦਮੀ ਨੂੰ ਜਾਣਕਾਰੀ ਦਿੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।